ਗੰਦ ਸਪੈਰ ਤੋਂ ਵਾਪਸ ਗੱਡੀ ਜਾ ਰਹੀ ਹੈ ਜੀ, ਗੱਡੀ ਜਾ ਰਹੀ ਜੀ ਵਾਪਸ, 15-15 ਕਿਲੋ ਦਾ ਗੱਟੇ ਫੂਸ ਨੇ ਇਹਦਾ। ਇਹ ਰਾਸਤਾ ਨੂੰ ਰੋਡ ਕਰਾਉਂਦੇ ਨੇ, ਸਰਕਾਰ ਨਾਲ ਧੋਖੇ ਕਰਦੇ ਨੇ ਲੋਕ। ਇਹ ਹੁਣ ਵਾਪਸ ਕਰ ਰਹੇ ਨੇ ਇਹਦੇ ਵਿੱਚ? ਹਾਂਜੀ ਹਾਂਜੀ, ਵਾਪਸ ਜਾ ਰਹੀ ਹੈ। ਪਹਿਲਾਂ ਜੀ ਵਾਪਸ ਪਹਿਲਾਂ ਭਰੀ ਸੀ ਇਹ ਵਾਲੀ ਪਾਸੀ ਜੀ? ਹਾਂ, ਸਾਨੂੰ 37 ਸਵਾਈ, ਸਾਨੂੰ ਕੀ ਪਤਾ ਜੀ, ਅਸਾਂ ਗੱਟਾ ਲਾਉਣਾ ਹੁੰਦਾ ਲੇਬਰ ਨੇ। ਅੱਛਾ, ਜਦੋਂ ਇਹ ਬੋਰੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਜੀ? ਸਾਨੂੰ ਪਤਾ ਲੱਗਾ ਜੀ, ਉੱਥੇ 20 ਗੱਟੇ ਘੱਟ ਪਾ ਦਿੰਦੇ ਸੀ, ਉੱਥੇ 20 ਬੰਦੇ ਕੰਡੇ ਤੇ ਚੜਾਏ ਜੀ, ਬੋਰੀ ਕੰਡੇ ਤੇ ਟਰੱਕ 'ਚ ਚਾੜ ਕੇ ਫਿਰ ਕੰਡਾ ਕਰਾਇਆ ਜੀ ਇਹਨਾਂ ਦੇ ਸਟਾਫ ਨੇ ਉੱਥੇ। ਅੱਛਾ, 20 ਬੰਦੇ ਚਾੜ ਕੇ 30 ਗੱਟਾਂ 'ਚ 10 ਕਿਲੋ 10 ਕੁਇੰਟਲ ਬਾਹਰ ਬਣਿਆ 5 ਜੀ। ਅੱਛਾ, ਫੂਸ ਆਉਂਦਾ ਜੀ, ਫੂਸ ਬਹੁਤ ਬਖਸ਼ਾ ਜਾ ਚੁੱਕਿਆ ਜੀ, ਇਹ ਬਹੁਤ ਜ਼ਿਆਦਾ ਬਖਸ਼ਾ ਜਾ ਆਹਦਾ ਜਲੂਸ ਖਾਨਾ ਕੱਢ ਰਿਹਾ। ਦੇਖੋ ਲਾੜੇ ਲੋਕ, ਤਾਂ ਅਸੀਂ ਕਹਿੰਦੇ ਵੀ ਸਿੱਧੀਆਂ ਸਪਾਇਲਾਂ ਬੰਦ ਕਰੋ। ਆ ਤੁਹਾਡੇ ਸਾਹਮਣੇ ਜੀ ਦੇਖ ਲਓ ਜੀ, ਦੇਖੋ ਜੀ, ਆਜੋ ਅੰਦਰ, ਆਜੋ ਅੰਦਰ, ਆਓ ਜੀ ਅੰਦਰ। ਤੀਸਰੀ ਅਸਲ ਗੱਲ ਕੀ ਆ, ਮੰਡੀ ਦੇ ਵਿੱਚੋਂ ਡਾਇਰੈਕਟ ਡਿਲੀਵਰੀ ਆਈ ਹੈ ਜੀ। ਅੱਛਾ ਜੀ, ਉਹਦੇ ਵਿੱਚ ਕੀ ਆ, ਜਿਵੇਂ ਆੜਤੀ ਮਗਰ ਮੂਹਰੋਂ ਗੱਡੀ ਚੈੱਕ ਹੋ ਗਈ, ਵਿੱਚ ਘਪੜਾ ਕਰਕੇ ਭੇਜ ਦਿਓ, ਉਹਦੇ ਬਾਕਸ ਗੱਟੇ ਆਏ, ਇਹਨਾਂ ਨੇ ਲੱਭ ਲਏ, ਹੌਲਾ ਵਜਨ ਹੌਲਾ ਹੋਇਆ, ਤਾਂ ਦੁਬਾਰਾ ਚੈੱਕ ਕਰਕੇ ਸਾਰੀ ਗੱਡੀ ਅਨਲੋਡ ਕਰਾ ਕੇ ਵਾਪਸ ਭੇਜ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸੁੱਖਾ। ਸੁੱਖਾ, ਤੁਹਾਡੇ ਤੁਸੀਂ ਕਿਹੜੇ ਮਹਿਕਮੇ ਦੇ ਹੋ? ਮੈਂ ਕਿਵੀਕਲ ਆ ਜੀ। ਹੈ, ਮੈਂ ਤਾਂ ਵੈਸੇ ਹੀ ਲਾਇਆ ਹੋਇਆ ਜੀ। ਅੱਛਾ, ਅਕਰੈਲੀਕਲ ਕਿਹੜੇ ਹੈ, ਹੈ ਕਿਹੜੇ ਸਟਾਫ ਦੇ ਹੋ ਤੁਸੀਂ? ਮਹਿਕਮਾ ਕਿਹੜਾ ਤੁਹਾਡੇ ਕੋਲ? ਤੁਹਾਡਾ ਨਾਮ ਕੀ ਹੈ? ਸਾਰੇ ਆਲੇ ਦੁਆਲੇ ਫਿਰ ਰਹੇ ਨੇ, ਲੱਭਦੇ ਜੀ, ਬੰਦੇ ਵੀ ਘੱਟ ਨੇ। ਠੀਕ ਹੈ, ਗੱਡੀ ਦੁਬਾਰਾ ਤੋਂ, ਤੁਹਾਡਾ ਨਾਮ ਕੀ ਹੈ ਬਾਈ ਜੀ? ਮੇਰਾ ਨਾਮ ਵਿਕਰ ਸਿੰਘ ਜੀ। ਅੱਛਾ, ਇਹ ਦੁਬਾਰਾ ਲੋਡ ਕਿਉਂ ਕਰ ਰਹੇ ਨੇ ਗੱਡੀ? ਕੀ ਹੋ ਗਿਆ? ਗੰਦਾ ਮਾਲ ਆ ਜੀ, ਜਮਾ ਗੰਦਾ ਆ ਗਿਆ ਨਾ ਜੀ, ਕੱਲ ਨੂੰ ਕੰਪਲੀਟ ਆ ਸਕਦੀ ਆ। ਵਜਨ ਘੱਟ, ਬੰਦਿਆਂ ਨੇ ਖਾਣਾ ਘੱਟ, ਵਜਨ ਘੱਟ ਹੈ, ਵਜਨ ਵੀ ਘੱਟ ਹੈ। ਹਾਂ ਜੀ, ਵਜਨ 30 ਗੱਟਿਆ ਮਗਰ ਜੀ, ਬਸ ਤੁਸੀਂ ਲਾ ਲਓ 15 ਕੌਂਟਰ ਬਣਦਾ ਜੀ, 5-5 ਕੌਂਟਰ ਵਜਨ ਆਉਂਦਾ। ਇਹ ਕਿਹੜੇ ਆੜਤੀਏ ਦੀ ਹੋ ਸਕਦੀ ਆ ਇਹ? ਆੜਤੀਏ ਬਾਰੇ ਨਹੀਂ ਪਤਾ ਲੱਗਿਆ, ਛੱਡ ਦੇ, ਸਾਨੂੰ ਲੇਬਰ ਨੂੰ ਨਹੀਂ ਪਤਾ, ਮਹਿਕਮੇ ਨਾਲ ਵੀ ਧੋਖਾ ਕਰ ਰਿਹਾ ਉਹ। ਅੱਛਾ, ਮਹਿਕਮੇ ਨਾਲ ਵੀ ਇਹ ਆੜਤੀਏ ਲੋਕ ਗੰਦ ਪਾਉਣੇ, ਜੀ ਜੋ ਕਿਹੜਾ ਚੈੱਕ ਹੋ, ਹੁਣ ਐਂ ਮੰਨ ਲਓ ਜੀ ਗੱਡੀਆਂ ਬਹੁਤ ਹੁੰਦੀਆਂ। ਹਾਂ ਜੀ, ਆਹ ਚੈੱਕ ਕਰ ਰਹੇ ਨੇ ਜੀ ਬੋਰੀਆਂ, ਸੁੱਤਾ ਪਿਆ ਜੀ ਸਭ ਸਟਾਫ, ਸਾਰਾ ਸਟਾਫ ਸੁੱਤਾ ਪਿਆ ਜੀ, ਇਹ ਮਤ ਇੱਕ ਵੱਡੇ ਵੱਡੇ ਅਫਸਰ ਸੁੱਤੇ ਪਏ ਨੇ, ਇਹਦਾ ਬਜ਼ਾਰਾ ਦੂਜੇ ਰੋਡ ਬੰਦਾ ਸਾਰੇ ਸੁੱਤੇ ਪਏ ਨੇ, ਜਿੰਨਾ ਸਟਾਫ ਪਿਆ ਸੁੱਤਾ ਪਿਆ, ਸਾਰਾ ਕੰਮ ਲੇਬਰ ਕਰਦੇ ਆ, ਗਿਣਤੀ ਵੀ ਲੇਬਰ ਕਰਦੀ ਹੈ, ਜਿੰਨਾ ਡਾਇਵਰੇਜ ਪੈਂਦਾ ਲੇਬਰ ਭਰੋ, ਉਧਰੋਂ ਗੱਡੀਆਂ ਨੀ ਭੇਜ ਰਹੇ, ਟਿੱਕਾ ਪਾਉਂਦੇ ਨੇ ਕੰਡਾ ਤੇ, ਚੜ ਕੇ ਬੰਦੇ ਬਾਦਲ ਕਰਦੇ ਨੇ ਲੋਕ। ਆ ਤੁਹਾਡੇ ਸਾਹਮਣੇ ਹੋ ਰਿਹਾ ਜੀ, ਹੁਣ ਤਾਂ ਕੋਈ ਧੋਖਾ ਦੀ ਗੱਲ ਨੀ, ਤੁਸੀਂ ਲਾ ਕੇ ਕਹਿ ਲਿਆ। ਠੀਕ ਹੈ ਜੀ, ਕਿੰਨਾ ਘੱਟਾ ਹੋਊਗਾ ਜੀ ਇਹ ਵਾਲਾ? 15 ਕਿਲੋ ਭਾਰ ਹੈ ਜੀ, 15 ਕਿਲੋ ਭਾਰ ਹੈ ਜੀ, ਆਹ ਦੇਖੋ ਜੀ, ਆਹ ਦੇਖੋ ਜੀ, ਫੂਸ ਲੈ ਦੇਖੋ, ਇਹ ਸਾਡਾ ਕੁਛ ਭੇਜ ਦਿਆ ਸਕਾ, ਇਹ ਸਾਡਾ ਮਹਿਕਮਾ ਦੇਖੋ।
ਮਹਿਕਮੇ ਦਾ ਵੀ ਕੋਈ ਕਸੂਰ ਨੀ ਜੀ, ਇਹ ਆੜਤੀ ਭੇਜਦੇ ਨੇ ਮਾਲ, ਇਹ ਪਾ ਪਾ ਕੇ ਗੰਦਾ ਮਾਲ ਕੱਟ ਕੇ ਹੀ ਕਿੰਨਾ 300 ਕੱਟਾ ਹੈ ਬੋਗੀ ਚ 300 ਕੱਟਾ ਹੁੰਦਾ ਕਿੰਨਾ ਆਉਂਦਾ ਅੱਛਾ ਉਹਨੇ ਇਹਦੇ ਚ 300 ਕੱਟਾ ਹੈ ਨਾਮ ਕੀ ਤੁਹਾਡਾ? ਨਾਮ ਹੈ ਜੀ ਤਰਸੇਮ ਸਿੰਘ। ਤੁਸੀਂ ਪੱਲੇਦਾਰ ਯੂਨੀਅਨ ਚ? ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਚ ਕੰਮ ਕਰਦੇ ਆ ਜੀ। ਇਹ ਪੰਜਾਬ ਲੇਬਰ ਹੈ ਜੀ। ਇਸ ਕਰਕੇ ਪਿੱਟਣਾ ਜੀ, ਸਾਡੀ ਕੋਈ ਸੁਣਵਾਈ ਨੀ ਕਰਦਾ, ਸਭ ਸੁੱਤੇ ਪੈ ਗਏ, ਪੈਸਾ ਖਾਂਦਾ ਹੀ ਮਤਲਬ ਇਹਨਾਂ ਲੋਕਾਂ ਦਾ। ਕੰਡੇ ਦੇ 20-20 ਬੰਦੇ ਚਲੇ, ਸਾਨੂੰ ਡਰਾਈਵਰ ਨੇ ਦੱਸਿਆ ਕੇ ਜੀ ਉਹਨੇ, ਇੰਨਾ ਇੰਨਾ ਬਾਜਨ ਘੱਟ ਹੈ, 20 ਬੰਦੇ ਦਾ ਬਾਜਨ ਦੇਖੋ ਜੀ ਕਿੰਨਾ ਬਣੂਗਾ, ਇੱਕ ਟਰੱਕ ਮਗਰ। ਆ ਤੁਹਾਨੂੰ ਖੋਲ ਕੇ ਦਿਖਾ ਰਿਹਾ ਜੀ, ਆ ਦੇਖ ਲਓ ਜੀ, ਇਹਦਾ ਬਾਕਸ ਦਾ ਨੰਬਰ ਲਓ ਜੀ ਸਰ। ਤੋਲੇ ਜੀ 15-15 ਕਿਲੋ ਭਾਰ ਹੈ ਜੀ, ਕਿਸੇ 20, ਕਿਸੇ 25, ਕਿਸੇ 15, ਇਹੋ ਜਿਹਾ ਹਾਲ ਹੋ ਰਿਹਾ ਜੀ ਮਹਿਕਮੇ ਦਾ। ਹਕੀਕਤ ਹੈ ਜੀ, ਇਹ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਜੀ। 15 ਵੀ ਨਹੀਂ ਹੈਗਾ ਇਸ ਦਾ, ਫੂਸ ਭਰੋ, ਅਸੀਂ ਕੰਡੇ ਦੇ ਬਾਜ਼ਨ ਆਪੀ ਪੂਰਾ ਕਰਾਂਗੇ। ਇਸ ਤਰ੍ਹਾਂ ਚੱਲਦਾ ਇਹਨਾਂ ਮੁਲਾਜ਼ਮਾਂ ਦਾ। ਅਸੀਂ ਤਾਂ ਹੀ ਪਿੰਡ ਰਹਿੰਦੇ ਵੀ ਸਪਾਇਲਾ ਨਾ ਸਿੱਧੀਆਂ ਭਰੋ, ਨਾ ਸਿੱਧੀਆਂ ਭਰੋ, ਇਹ ਖਬਰ ਨਹੀਂ ਕਿਹੜੇ ਗਰੀਬ ਗਰੂਬ ਨੇ ਖਾਣੀ ਹੁੰਦੀ ਹੈ। ਸਰਕਾਰ ਨੂੰ ਖੂੰਜੇ ਲਾ ਰੱਖਿਆ, ਛੱਲੇ ਸਟਾਫ ਨੇ ਸਭ ਨੇ ਗੰਦ ਪਾ ਰੱਖਿਆ ਜੀ, ਕੋਈ ਪਾਲਣਾ ਨਹੀਂ ਕਰਦਾ ਸਰਕਾਰ ਦੇ ਕੰਮਾਂ ਦੀ, ਆਹ ਪਾਲਣਾ ਕਰਦੇ ਤੁਹਾਡੇ ਸਾਹਮਣੇ ਆਈ। ਇਹ ਕਿਹੜੀ ਏਜੰਸੀ ਦੀ ਹੈ ਇਹ ਵਾਲੀ, ਕੋਈ ਪਤਾ ਲੱਗਿਆ? ਇਹ ਅਕਸ਼ਾਈ ਮੂਹਰੋਂ ਬਣਾਉਂਦੇ ਆ ਜੀ, ਆਟੇ ਦਾ ਮਾਲ ਹੈ, ਮਗਰੋਂ ਇਹ ਪੰਜਾਬ ਜਾਸ਼ਾ ਦੇ ਸਪੈਕਟਰ ਬਣਾਉਂਦੇ ਨੇ ਜੀ, ਉਹ ਕੋਈ ਗੋਲੇ ਗਾਲੇ ਨਹੀਂ ਖਾਂਦਾ, ਉਹਨਾਂ ਦੀ ਲੇਬਰ ਆਪ ਹੀ ਭਰਦੀ ਹੈ। ਇਹ ਮੰਡੀ ਉਹ ਡਾਇਰੈਕਟ ਸਿੱਧੀ ਆਈ ਹੈ? ਹਾਂ ਜੀ ਹਾਂ, ਸਿੱਧੀ ਮੰਡੀ ਡਾਇਰੈਕਟ ਮਾਲ ਆ ਰਿਹਾ ਜੀ, ਤਾਂ ਇਹ ਕਦੂਤ ਹੋ ਰਹੀ ਹੈ।
ਸਿੱਧੀ ਮੰਡੀ ਗੱਡੀ ਹਰੀ ਨਹੀਂ ਇੱਕ ਨਾ ਜੀ ਗੱਲ ਹੋਰ ਆ ਜਦੋਂ ਇਹ ਕੰਡਾ ਹੋਇਆ ਸੀ ਇਹ ਟਰੱਕ ਦਾ ਪਹਿਲੇ ਦਾ ਸੀ ਲਾਇਆ ਉਹਨਾਂ ਨੇ 8 ਬੰਦੇ ਚੜ੍ਹਨੇ ਸੀ ਡਰਾਈਵਰ ਨੂੰ ਕਿੰਨੇ ਪੈਸੇ ਦਿੱਤੇ ਉਹਨਾਂ ਨੇ ਪਤਾ ਨਹੀਂ ਜੀ ਉਹਨਾਂ ਨੂੰ ਪਤਾ ਸਾਹਿਬ ਦਿੱਤਾ ਜ਼ਰੂਰ ਉਹਨੂੰ ਪੈਸੇ ਪਰ ਆਪਾਂ ਦੱਸ ਕੇ ਨਹੀਂ ਗਿਆ ਪਰ ਮਤਲਬ ਇਹ ਵੀ 8 ਬੰਦੇ ਚਾੜ ਕੇ ਕੰਡਾ ਪੂਰਾ ਕਰਿਆ ਇਹ ਟਰੱਕ ਦਾ ਟ੍ਰੇਨ ਦੇ ਵਿੱਚ ਕਣਕ ਲੋਡ ਕਰਦੇ ਸਮੇਂ ਵੱਡਾ ਘਪਲਾ ਸਾਹਮਣੇ ਆਇਆ ਦੱਸ ਦਈਏ ਕਿ ਆੜਤੀਆਂ ਦੀ ਚਲਾਕੀ ਇਸ ਦੇ ਵਿੱਚ ਪਕੜੀ ਗਈ ਹੈ ਤਾਂ ਦੱਸ ਦਈਏ ਕਿ ਇੱਕ ਸਟੇਸ਼ਨ ਦੇ ਉੱਤੇ ਜਦੋਂ ਕਣਕ ਦੀਆਂ ਬੋਰੀਆਂ ਨੂੰ ਟ੍ਰੇਨ ਦੇ ਵਿੱਚ ਲੋਡ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਵਿੱਚ ਦੇਖਿਆ ਗਿਆ ਕਿ ਜੋ ਬੋਰੀਆਂ ਸੀ ਜੋ ਥੈਲੇ ਸੀ ਉਸ ਦੇ ਵਿੱਚ ਅੱਧੋ ਅੱਧ ਕਣਕ ਦੇ ਨਾਲ ਘਾਹ ਫੂਸ ਭਰਿਆ ਹੋਇਆ ਸੀ ਜਿਸ ਤੋਂ ਬਾਅਦ ਲੇਬਰ ਨੇ ਜਦੋਂ ਇਸ ਚੀਜ਼ ਨੂੰ ਦੇਖਿਆ ਤਾਂ ਉਹਨਾਂ ਨੇ ਇਸ ਦੀ ਸੂਚਨਾ ਤੁਰੰਤ ਉੱਚ ਅਧਿਕਾਰੀਆਂ ਨੂੰ ਦਿੱਤੀ ਜਦੋਂ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਜਦੋਂ ਅੱਧੀ ਟ੍ਰੇਨ ਚੈੱਕ ਕੀਤੀ ਤਾਂ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਧੋ ਅੱਧ ਅੱਧੀ ਕਣਕ ਅਤੇ ਅੱਧਾ ਫੂਸ ਇਕੱਲੇ ਇਕੱਲੇ ਥੈਲੇ ਦੇ ਵਿੱਚ ਭਰਿਆ ਹੋਇਆ ਸੀ ਹਾਲਾਂਕਿ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਮੁੜ ਤੋਂ ਉਸ ਆੜਤੀਏ ਨੂੰ ਇਹ ਸਾਰੇ ਹੀ ਥੈਲੇ ਵਾਪਸ ਕਰ ਦਿੱਤੇ ਅਤੇ ਵਿਭਾਗ ਦੇ ਵੱਲੋਂ ਹੁਣ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਪਨਗ੍ਰੇਨ ਮਹਿਕਮੇ ਦੇ ਵੱਲੋਂ ਇੱਕ ਸਪੈਸ਼ਲ ਮਾਲ ਗੱਡੀ ਕਣਕ ਦੀ ਭਰੀ ਜਾ ਰਹੀ ਸੀ ਹਾਲਾਂਕਿ ਜਦੋਂ ਇਹ ਭਰੀ ਜਾ ਰਹੀ ਸੀ ਤਾਂ ਉਸ ਸਮੇਂ ਹੀ ਇਹ ਵੱਡਾ ਘਪਲਾ ਸਾਹਮਣੇ ਆਇਆ ਜਦੋਂ ਇੱਕ ਆੜਤੀਏ ਦੇ ਕੋਲੋਂ ਜਦੋਂ ਟਰੱਕ ਭਰ ਕੇ ਕਣਕ ਦਾ ਆਇਆ ਤਾਂ ਉਸ ਦੇ ਵਿੱਚ ਕਣਕ ਦੇ ਨਾਲ ਨਾਲ ਅੱਧੋ ਅੱਧ ਘਾਹ ਫੂਸ ਭਰਿਆ ਹੋਇਆ ਸੀ ਜਦੋਂ ਲੇਬਰ ਨੇ ਇਸ ਨੂੰ ਦੇਖਿਆ ਤਾਂ ਇਸ ਦੀ ਤੁਰੰਤ ਸੂਚਨਾ ਪਹਿਲਾਂ ਤਾਂ ਮੀਡੀਆ ਨੂੰ ਦਿੱਤੀ ਗਈ ਜਦੋਂ ਮੀਡੀਆ ਮੌਕੇ ਦੇ ਉੱਤੇ ਪਹੁੰਚਿਆ ਤਾਂ ਉੱਚ ਅਧਿਕਾਰੀ ਵੀ ਪਹੁੰਚਦੇ ਨੇ ਅਤੇ ਜਦੋਂ ਇਸ ਦੀ ਜਾਂਚ ਕੀਤੀ ਜਾਂਦੀ ਹੈ ਜਦੋਂ ਥੈਲਿਆਂ ਨੂੰ ਖੋਲ੍ਹ ਕੇ ਦੇਖਿਆ ਜਾਂਦਾ ਤਾਂ ਅਧਿਕਾਰੀਆਂ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿਉਂਕਿ ਕਣਕ ਦੇ ਨਾਲ ਨਾਲ ਅੱਧੀ ਤਾਂ ਉਸ ਦੇ ਵਿੱਚ ਤੂੜੀ ਭਰੀ ਹੋਈ ਸੀ ਅਤੇ ਕੁਛ ਕੁ ਹਿੱਸਿਆਂ ਦੇ ਵਿੱਚ ਘਾਹ ਫੂਸ ਭਰਿਆ ਹੋਇਆ ਸੀ ਕਈ ਬੋਰੀਆਂ ਇਸ ਦੀਆਂ ਮਿਲੀਆਂ ਜਿਸ ਤੋਂ ਬਾਅਦ ਚੈਕਿੰਗ ਕੀਤੀ ਗਈ ਇਕੱਲੇ ਇਕੱਲੇ ਡੱਬੇ ਦੀ ਜਿਸ ਦੇ ਵਿੱਚ ਵੀ ਇਹ ਸ਼ੱਕ ਹੋਇਆ ਕਿ ਇਸ ਦੇ ਵਿੱਚ ਮਿਲਾਵਟ ਕੀਤੀ ਹੋਈ ਹੈ ਤਾਂ ਉਸ ਬੋਰੀ ਨੂੰ ਉਤਾਰ ਕੇ ਉਸ ਦੀ ਥਾਂ ਦੇ ਉੱਤੇ ਨਵੀਆਂ ਬੋਰੀਆਂ ਲੋਡ ਕੀਤੀਆਂ ਗਈਆਂ ਤਾਂ ਇਸ ਤੋਂ ਬਾਅਦ ਹੁਣ ਇਸ ਦੀ ਜਾਂਚ ਜੋ ਹੈ ਉਹ ਡਿਪਟੀ ਕਮਿਸ਼ਨਰ ਦੇ ਕੋਲ ਪਹੁੰਚੀ ਹੈ ਡਿਪਟੀ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਹਾ ਗਿਆ ਕਿ ਜੇਕਰ ਕਿਸੇ ਨੇ ਵੀ ਗਲਤ ਕੀਤਾ ਹੋਇਆ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਪਤਾ ਹੀ ਹੈ ਜੀ 50-50 ਗੱਟੇ ਲੂਜ ਬਹੁਤ ਖਰਾਬ ਆ ਰਹੇ ਨੇ ਫੂਕ ਜਿਹਾ ਅਸੀਂ ਸਰ ਜੀ ਪਹਿਲਾਂ ਦਿਖਾਈਆਂ ਤਾਂ ਬੁਲਾ ਕੇ ਪੱਤਰਕਾਰ ਅਸੀਂ ਬੁਲਾਇਆ ਮੈਨੇ ਬੁਲਾਇਆ ਪੱਤਰਕਾਰ ਕੋਈ ਇਹ ਸੁਣਵਾਈ ਨਹੀਂ ਕਰਦਾ ਮੈਂ ਕਹਾਂ ਕੋਈ ਸੁਣਵਾਈ ਨਹੀਂ ਕਰਦਾ ਜਦੋਂ ਕੰਡੇ 'ਤੇ ਵੇਟ ਘੱਟਦਾ ਇਹ ਕੀ ਕਰਦੇ ਨਹੀਂ ਤਾਂ ਰਾਡ ਪਸਾ ਲੈਂਦੇ ਐਫ ਸੀ ਦਾ ਸਟਾਫ ਆ ਉਹਨੂੰ ਪੂਰਾ ਕਰਦਾ ਨਹੀਂ 10-10 ਬੰਦੇ ਇਹ ਵਿੱਚ ਚੜ੍ਹਾਉਂਦੇ ਨੇ ਗੱਡੀ ਦੇ ਇਹ ਰਲ ਮਿਲ ਕੇ ਰਲੀ ਮਿਲੀ ਭੁਗਤ ਹੋ ਰਿਹਾ ਨਹੀਂ ਆ ਨਹੀਂ ਸਕਦਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਸਿੱਧੀਆਂ ਸਵਾਇਲਾਂ ਨਾ ਭਰਾ ਉਹ ਗੰਦ ਆਉਂਦਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅੱਜ ਜਦੋਂ ਅਸੀਂ ਪੱਤਰਕਾਰ ਬੁਲਾ ਕੇ ਉਰੇ ਇਹ ਫੜੇ ਨੇ ਅਸੀਂ ਕੰਡੇ 'ਤੇ ਰੋਸ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਸਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਸੁਣਵਾਈ ਸਾਡੀ ਕਰੀ ਨਹੀਂ ਜੀ ਮਹਿਕਮੇ ਨੇ ਮਤਲਬ ਧੱਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕਰਨ ਦੀ ਵਾਰੀ ਕਹਿੰਦੇ ਅਸੀਂ ਉਹਨੂੰ ਕਹਿੰਦੇ ਸਪੈਲਾਂ ਸਿੱਧੀਆਂ ਨਾ ਜਾਣ ਅੱਜ ਅਸੀਂ ਇਹ ਜਮੀ ਆਪਦੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਜਿਹੜੀ ਮੈਂ ਤੁਹਾਨੂੰ ਵਾਰ ਵਾਰ ਫਿਰ ਕਹਿੰਦਾ ਵੀ ਨਹੀਂ ਤਾਂ ਟਾਇਰ ਦੇ ਵਿੱਚ ਰਾੜ ਪਛਾਉਂਦੇ ਨੇ ਰਾੜ ਪਛਾ ਕੇ ਬਹੁਤ ਵਜ਼ਨ ਵੱਧਦਾ ਜਿਹੜਾ ਮਤਲਬ 50 ਗੱਟਿਆਂ ਦੇ ਵਿੱਚ ਮਤਲਬ ਘੱਟੋ ਘੱਟ ਮੈਨੂੰ ਤਾਂ ਲੱਗਦਾ ਵੀ 50 ਗੱਟਿਆਂ ਦਾ 25 ਕੁਇੰਟਲ ਵਜ਼ਨ ਬਣਦਾ ਜੀ ਉੱਥੇ ਸਾਰੀ 12 ਰਹਿੰਦਾ ਜੀ ਇੱਕ ਟਰੱਕ ਦੇ ਵਿੱਚ ਇੰਨਾ ਵਜ਼ਨ ਘੱਟ ਆਉਂਦਾ ਇਹ ਬਹੁਤ ਹੀ ਜ਼ਿਆਦਾ ਗੰਦ ਰਲ ਮਿਲ ਕੇ ਐਫਸੀ ਦਾ ਵੀ ਸਟਾਫ ਵਿੱਚ ਹੁੰਦਾ ਜੀ ਮਗਰੋਂ ਆੜਤੀਆਂ ਵੀ ਜਿਹੜੇ ਪੰਜਾਬ ਸਾਡੇ ਸਾਰੇ ਰਲ ਮਿਲ ਕੇ ਕੰਮ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਗੰਦ ਪੈਂਦਾ ਉਰੇ ਸਾਡੇ ਵਾਸਤੇ ਉਰੇ ਲੇਬਰ ਵਾਸਤੇ ਨਾ ਕੋਈ ਬਾਥਰੂਮ ਹੈ ਨਾ ਕੋਈ ਸਟੈਂਡ ਹੈ ਜੀ ਨਾ ਮੋਟਰਸਾਈਕਲ ਖੜਾਉਣ ਨੂੰ ਸਮਾਂ ਉਰੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੇ ਉਰੇ ਟਰੱਕ ਕੋਲੇ ਨਹੀਂ ਖੜਦਾ ਕੋਈ ਗਿਣਤੀ ਵੀ ਅਸੀਂ ਕਰਦੇ ਹਾਂ ਸਭ ਕੁਛ ਅਸੀਂ ਕਰਦੇ ਹਾਂ ਜਦੋਂ ਡੈਮਰੇਜ ਪੈਂਦਾ ਸਾਰੇ ਸਾਡੇ 'ਤੇ ਪਾ ਦਿੰਦੇ ਨੇ ਆਹ ਡੈਮਰੇਜ ਇਹਨਾਂ ਦੀ ਕਤੂਸ ਦੇ ਕਾਰਨ ਪੈਂਦਾ ਅਤੇ ਸਜ਼ਾ ਅਸੀਂ ਫੜੇ ਨੇ ਇਹ 40-40 ਹਜ਼ਾਰ ਲੱਖ ਡੇਢ ਲੱਖ ਸਾਡਾ ਠੇਕੇ ਦਾ ਕੱਟ ਲੈਂਦਾ ਇਹਨਾਂ ਦੀ ਕਤੂਸ ਦੇ ਕਾਰਨ ਗੱਡੀਆਂ ਦੀ ਇਹ ਜ਼ਿੰਮੇਦਾਰੀ ਇਹ ਨਹੀਂ ਸਮਝਦੇ
ਜ਼ਿੰਮੇਵਾਰੀ ਤੇ ਇਹਨਾਂ ਦੇ ਕਾਰਨ ਡਰਾਈਵਰ ਸਾਡੇ ਲੇਬਰ ਤੇ ਪੈਂਦਾ, ਸਾਡੇ ਲੇਬਰ ਉੱਥੇ ਵਿਹਲੇ ਬੈਠੇ ਨੇ ਸਾਰਾ। ਜੀ ਤੁਸੀਂ ਇਹ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ, ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ, ਇਹ ਮੈਂ DFSC ਸਾਹਿਬ ਨੂੰ ਹੁਣੇ ਇਤਲਾਹ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ, ਸ਼ਰਾਰਤ ਹੈ, ਕਿਹਨੇ ਕੀਤੀ ਹੈ, ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ 'ਤੇ ਭੇਜ ਰਿਹਾ। ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ, ਉਹ ਸਾਰਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ। ਇਹ ਸਰ ਪਨ ਗ੍ਰੇਡ ਵੱਲੋਂ ਲੋਡ ਹੁੰਦੀ ਹੈ ਕਿ ਨਹੀਂ? ਏਜੰਸੀ ਜਿਸ ਤਰ੍ਹਾਂ ਹੈਗੀਆਂ, ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ, ਅਤੇ ਸਾਨੂੰ ਹਰ ਕਾਫੀ ਸਟੇਸ਼ਨ ਦੇ ਵਿੱਚ ਲਹਿਰਾ, ਮੂਨਕ, ਸੁਨਾਮ, ਸੰਗਰੂਰ ਹਰ ਦਿਨ ਥੋੜ੍ਹੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਕਣਕ ਸਟੋਰੇਜ ਪੁਆਇੰਟ 'ਤੇ ਜਾਂਦੀ ਹੈ, ਅਤੇ ਉਹਦੇ ਤਹਿਤ ਇਹ ਹਰ ਏਜੰਸੀ ਦਾ ਮਾਲ ਹੁੰਦਾ, ਗੋਡਾਊਨ ਦੇ ਵਿੱਚ ਹੁੰਦਾ, ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਹੈ ਸਿੱਧਾ ਮੰਡੀਆਂ ਤੋਂ, ਉਹ ਸਾਰਾ ਕੁਛ ਹੁੰਦਾ। ਉੱਥੇ ਜਿਹੜੇ ਜਿਹਨਾਂ ਕੋਲੋਂ ਪੁੱਛਿਆ ਸੀ ਉਹ ਪਨ ਗ੍ਰੇਨ ਦੇ ਨੇ, ਉਹ ਮੈਂ ਫੈਕਟਸ ਬਿਨਾਂ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੇ ਏਜੰਸੀ ਦੀ ਹੈ, ਕਿ ਉਹ ਟਰੱਕ ਤੋਂ ਨੰਬਰ ਤੋਂ ਸਾਨੂੰ ਫੈਕਟਸ ਪਤਾ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੋਇਆ ਸਮਾਂ। ਕੀ ਨਾਮ ਹੈ ਅਤੇ ਕੀ ਅਹੁਦਾ ਅੱਜ ਦਾ, ਕੀ ਮਾਮਲਾ ਜੀ? ਅਜੇਸ਼ ਬਾਂਸਲ ਮੇਰਾ ਨਾਮ ਹੈ ਜੀ, ਇੰਸਪੈਕਟਰ ਮੈਂ ਪਨ ਗ੍ਰੇਨ ਸੰਗਰੂਰ ਬਤੌਰ ਇੰਚਾਰਜ ਮੈਂ ਕੰਮ ਕਰ ਰਿਹਾ ਜੀ। ਅੱਜ ਜਿਹੜਾ ਮਸਲਾ ਜੀ, ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚੋਂ, ਅਤੇ ਡਾਇਰੈਕਟ ਡਿਲੀਵਰੀ ਮੰਡੀਆਂ ਦੇ ਵਿੱਚੋਂ SCO ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲ ਘੰਟਾ ਕੁ ਪਹਿਲਾਂ ਇਹ ਧਿਆਨ 'ਚ ਲਿਆਂਦਾ ਗਿਆ ਵੀ ਕੁਛ ਟਰੱਕਾਂ ਦੇ ਵਿੱਚ ਜਿਹੜੀਆਂ ਫੂਸ ਦੀਆਂ ਬੋਰੀਆਂ ਉਹ ਪਾਈਆਂ ਗਈਆਂ, ਅਤੇ ਫਿਰ ਉਹ ਟਰੱਕ ਨੰਬਰ ਜਦੋਂ ਚੈੱਕ ਕੀਤਾ ਤਾਂ ਉਹ ਸੰਗਰੂਰ ਦਾ ਆੜ੍ਹਤੀ ਸੀ, ਜਸਰਾਓ ਟ੍ਰੇਡਿੰਗ ਕੰਪਨੀ, ਉਹ ਟਰੱਕ ਉੱਥੋਂ ਭਰ ਕੇ ਆਏ ਸੀ। ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ SC ਦੁਆਰਾ ਸਟਾਫ ਦੁਆਰਾ ਚੈਕਿੰਗ ਕਰਨ ਦੌਰਾਨ ਉਹ ਫੂਸਦੀਆਂ ਬੋਰੀਆਂ ਕੁਛ ਹੋਰ ਟਰੱਕਾਂ ਦੇ ਵਿੱਚ ਪਾਈਆਂ ਗਈਆਂ, ਅਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੋਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਆੜ੍ਹਤੀ ਨੂੰ ਕੀਤੇ ਗਏ ਨੇ, ਅਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ, ਅਤੇ ਉਹਦੇ 'ਤੇ ਜਿਹੜੀ ਬਣਦੀ ਕਾਰਵਾਈ ਹੈ ਆੜ੍ਹਤੀ ਉੱਤੇ, ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਹੈ ਜਾਂ ਉਹਦਾ ਵਜਨ ਮੇਨਟੇਨ ਕਰਨਾ, ਉਹ ਆੜ੍ਹਤੀ ਦੀ ਜ਼ਿੰਮੇਵਾਰੀ ਹੈ, ਅਤੇ ਉਹ ਸਿੱਧੀ ਉੱਥੋਂ ਆ ਰਹੀ ਹੈ। 55 ਬੋਰੀ ਇਸ ਸਪੈਸ਼ਲ ਲਾਈਨ ਅਸੀਂ ਭੇਜਣੀ ਹੈ ਜਿੱਥੇ ਵੀ ਜਾਊਗੀ ਇਹ, ਅਤੇ ਇਸ ਤਰੀਕੇ ਨਾਲ ਜਿਹੜਾ ਉਹਦਾ ਉਹਨੇ ਗਲਤ ਕੰਮ ਕੀਤਾ, ਸਰਕਾਰ ਨੂੰ ਮਤਲਬ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਵਜਨ ਦੀ ਗੱਲ ਕਰੀਏ ਇੰਸਪੈਕਟਰ ਸਾਹਿਬ, ਵਜਨ ਵੀ ਘੱਟ ਆ ਰਿਹਾ ਹੈ। ਦੇਖੋ ਜਿਹੜਾ ਵਜਨ ਹੈ, ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਆੜ੍ਹਤੀ ਦੁਆਰਾ ਉਹਨੇ ਭਰਨਾ, ਅਤੇ ਉਹਦੇ ਦੁਆਰਾ ਇਹਨੂੰ ਪੂਰਾ ਕੀਤਾ ਜਾਣਾ। ਕੱਲੀ ਬੋਰੀ ਚੈੱਕ ਕਰਨਾ ਕੋਈ ਸੰਭਵ ਨਹੀਂ, ਵਜਨ ਚੈੱਕ ਕੀਤਾ, ਟਰੱਕ ਦਾ ਪੂਰੇ ਦਾ ਵਜਨ ਕੀਤਾ ਜਾਂਦਾ। ਗੱਡੀ ਭਰੀ ਖੜੀ ਆ, ਇਹਦਾ ਕੀ ਹੋਊਗਾ ਜੀ? ਇਹਨਾਂ ਦੀ ਬੁਕਿੰਗ ਚੈੱਕ ਕਰੀ ਜਾਣੀ ਹੈ ਕਿਹੜੇ ਜੀ? ਜਿਹੜੀ ਪਰਿਮਾਣ ਗੱਡੀ ਭਰੀ ਖੜੀ ਆ ਜੀ। ਨਹੀਂ ਨਹੀਂ, ਇਹਦਾ ਇਹਦੀ ਚੈੱਕ ਹੈ ਜੀ, ਕੱਟ ਹੈ ਜੀ। ਕਿਹਦੇ ਜੀ? ਹੜ ਜਾ ਉਹਨਾਂ ਦਾ। ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਲ ਗੱਡੀ ਭਰੀ ਪਈ ਹੈ, ਕੀ ਇਹ ਚੈਕਿੰਗ ਹੋਊਗੀ ਜੀ? ਦੇਖੋ ਜੀ, ਤੁਸੀਂ ਗੱਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਜੀ। ਜਿਹੜਾ ਟਰੱਕ ਦਾ ਵਜਨ ਬਣਦਾ 300 ਬੋਰੀ ਇੱਕ ਟਰੱਕ 'ਚ ਪੈ ਰਹੀ ਹੈ, ਉਹਦਾ ਵਜਨ 150 ਕੁਇੰਟਲ ਆਉਣਾ ਚਾਹੀਦਾ। ਜੇ ਉਹ ਵਜਨ ਘੱਟ ਆਊਗਾ ਤਾਂ ਉਸ ਆੜ੍ਹਤੀ ਦੀ 19 ਪੇਮੈਂਟ ਕੱਟ ਲਈ ਜਾਊ। ਇਹ ਟਰੱਕ ਅਲੱਗ ਅਲੱਗ ਤੁਲ ਕੇ ਆ, ਇਕੱਲੀ ਇਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ, ਨਾ ਇਕੱਲੀ ਇਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ। 55,000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਕਰਕੇ ਭੇਜਣੀ ਹੈ ਤਾਂ ਉਹ ਇਹ ਸੰਭਵ ਨਹੀਂ ਹੈ। ਤੁਹਾਨੂੰ ਲੱਗਦਾ ਕਿ ਸਿਹਤ ਨਾਲ ਖਿਲਵਾੜ ਹੋਊਗਾ? ਬਿਲਕੁਲ ਬਿਲਕੁਲ ਹੋਊਗਾ ਜੀ, ਬਿਲਕੁਲ ਹੋਊਗਾ। ਕੀ ਆੜ੍ਹਤੀ ਦੇ ਖਿਲਾਫ ਕੀ ਐਕਸ਼ਨ ਲਊਗਾ? ਉਹਦਾ ਆੜ੍ਹਤ ਕੈਨਸਲ ਕੀਤੀ ਜਾਊਗੀ, ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾਊਗਾ ਜੀ, ਅਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਇਹਦੇ ਮਾਰਕ ਕਮੇਟੀ ਦੇ ਹਦਾਇਤਾਂ ਅਨੁਸਾਰ, ਆੜ੍ਹਤੀ ਦਾ ਲਾਇਸੈਂਸ ਮਾਰਕ ਕਮੇਟੀ ਦੁਆਰਾ ਜਾਰੀ ਕੀਤਾ ਜਾਂਦਾ, ਉਹ ਕਾਰਵਾਈ ਸਵੇਰ ਤੱਕ ਉਹਦੇ ਉੱਤੇ ਕਰ ਦਿੱਤੀ ਜਾਊਗੀ। ਸਰ, ਜੋ ਅਫਸਰ ਇੱਥੇ ਚੈੱਕ ਕਰ ਰਿਹਾ ਹੁੰਦਾ ਉਹ 'ਤੇ ਕੀ ਕਾਰਵਾਈ ਹੋਊਗੀ? ਉਹਦੇ ਤਾਂ ਕੀ ਹੈ, ਦੇਖੋ ਜੀ, ਉਹ ਪਿੱਛੇ ਭਰ ਕੇ ਉਹ ਚੈੱਕ ਕਰ ਰਿਹਾ, ਜੋ ਜੋ ਕਮੀ ਪੇਸ਼ੀ ਉਹਨੇ ਕੱਢ ਕੇ ਦੱਸੀ ਹੈ ਉਹ
ਉਹਨੇ ਲੋਕਾਂ ਨੂੰ ਦੱਸਿਆ ਵੀ ਇਹ ਗਲਤ ਮਾਲ ਭੇਜਿਆ ਗਿਆ, ਉਹਨੂੰ ਵਾਪਸ ਭੇਜਿਆ ਗਿਆ, ਉਹਦੇ ਤੱਕ ਕਾਹਦਾ ਐਕਸ਼ਨ ਕੀਤਾ? ਕੁਐਸਚਨ ਮੈਂ ਸਰ ਕਾਮਨ ਕਰ ਲੈਣਾ ਕਿ ਦੋ ਬੋਰੀਆਂ ਜਾਂ ਜੇ ਵੇਟ ਕਰਾਇਆ 6-6 ਕਿਲੋ 7-7 ਕਿਲੋ ਮਾਲ ਨਿਕਲਿਆ ਜੀ ਜੀ, ਕੀ ਗਰੰਟੀ ਹੈ ਕਿ ਬਾਕੀ ਘੱਟ ਨਹੀਂ ਹੋਊਗਾ? ਵੀਰ ਜੀ ਜਿਹੜਾ ਕੰਡਾ ਹੋ ਗਿਆ ਟਰੱਕਾਂ ਦਾ, ਇਹ ਵੀ ਕੰਡਾ ਹੋ ਗਿਆ ਸੀ? ਮੈਂ ਉਹਦਾ ਫਿਰ ਬਾਈ ਉੱਥੇ ਘੱਟ ਵੀ ਆਇਆ ਹੋਊਗਾ ਜੀ? ਨਹੀਂ ਆਇਆ ਹੋਇਆ, ਮੈਂ ਦੱਸਦਾ ਤੁਹਾਨੂੰ ਕਿ ਜੀ ਤੁਸੀਂ